ਮਸਲਾ ਅੱਜ ਤੋਂ ਮਹੀਨਾ ਪਹਿਲਾਂ ਸ਼ੁਰੂ ਹੁੰਦਾ ਜੀ, ਜਦੋਂ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਨੇ 8 ਕਾਲਜਾਂ ਨੂੰ ਸਵੈ ਨਿਰਭਰ ਆਟੋਨੋਮਸ ਜਾਂ ਜੇ ਆਪਾਂ ਲੇਮਨ ਲੈਂਗੁਏਜ ਗੱਲ ਕਰੀਏ ਤਾਂ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਹੈਗਾ ਲੈਟਰ ਜਾਰੀ ਕੀਤਾ। ਇਹ ਲੈਟਰ ਉਚੇਰੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਅਸ਼ਵਨੀ ਭੱਲਾ ਜੀ ਵੱਲੋਂ ਜਾਰੀ ਕੀਤਾ ਗਿਆ। ਇਹਦੇ ਵਿੱਚ 8 ਕਾਲਜ ਪੰਜਾਬ ਦੇ 8 ਸਰਕਾਰੀ ਕਾਲਜ ਜਿਨ੍ਹਾਂ ਦੀ ਪ੍ਰੋਪਰਟੀ ਖਰਬਾਂ ਰੁਪਈਆਂ ਦੀ ਹੈ, ਚਾਹੇ ਉਹ ਮੋਹਾਲੀ ਲਾ ਲਈਏ, ਚਾਹੇ ਉਹ ਲੁਧਿਆਣੇ ਲਾ ਲਈਏ, ਚਾਹੇ ਉਹ ਪਟਿਆਲੇ ਲਾ ਲਈਏ, 2 ਕਾਲਜ ਪਟਿਆਲੇ ਆ, 2 ਲੁਧਿਆਣੇ ਆ, 1 ਮੋਹਾਲੀ, 1 ਮਲੇਰਕੋਟਲਾ, 1 ਅੰਮ੍ਰਿਤਸਰ। ਇੱਥੇ 8 ਕਾਲਜ ਸੀ ਜਿਨ੍ਹਾਂ ਨੂੰ ਸਰਕਾਰ ਨੇ ਆਟੋਨੋਮਸ ਕਰਨ ਦਾ ਲੈਟਰ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ। ਪਰ ਜਦੋਂ ਇਹ ਮੇਰਾ ਮਸਲਾ ਮੇਰੇ ਧਿਆਨ 'ਚ ਆਇਆ, ਮੈਂ ਇਹ ਪਬਲਿਸ਼ ਕੀਤਾ ਸੋਸ਼ਲ ਮੀਡੀਆ 'ਤੇ, ਤਾਂ ਬਹੁਤ ਸਾਰੇ ਮੀਡੀਆ ਨੇ ਮੇਰਾ ਸਾਥ ਦਿੱਤਾ, ਸਟੂਡੈਂਟ ਜਥੇਬੰਦੀਆਂ ਨੇ ਕੁਛ ਨੇ ਸਾਥ ਦਿੱਤਾ, ਕੁਛ ਅਧਿਆਪਕ ਜਥੇਬੰਦੀਆਂ ਨੇ ਜਾ ਸਾਥ ਦਿੱਤਾ। ਮਹੀਨੇ ਦੀ ਲੜਾਈ ਮਗਰੋਂ, ਮਹੀਨੇ ਦੀ ਲੜਾਈ ਮਗਰੋਂ ਅੱਜ ਜਿਹੜਾ ਸਰਕਾਰ, ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਮੁਲਤਵੀ ਕੀਤਾ ਗਿਆ ਹੈ। ਮੁਲਤਵੀ ਇਨ ਦਾ ਸੈਂਸ ਵੀ ਅਸੀਂ ਹਜੇ 50% ਲੜਾਈ ਜਿੱਤੇ ਹਾਂ। ਸਰਕਾਰ ਨੇ ਯੂ ਟਰਨ ਸ਼ਬਦ ਮੈਂ ਯੂਜ਼ ਕਰੂੰਗਾ, ਵੀ ਪਹਿਲਾਂ ਸਰਕਾਰ ਜਿਹੜੀ ਹੈ ਫੈਸਲਾ ਲੈ ਲੈਂਦੀ ਹੈ, ਉਦੋਂ ਬਾਅਦ ਸਰਕਾਰ ਯੂ ਟਰਨ ਲੈ ਲੈਂਦੀ ਹੈ। ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਚੇਰੀ ਸਿੱਖਿਆ ਵਿਭਾਗ ਦੇ ਜਿਹੜੇ ਮੰਤਰੀ ਹੈ ਹਰਜੋਤ ਬੈਂਸ, ਉਹਨਾਂ ਵੱਲੋਂ ਇਹ ਲਿਖਿਆ ਗਿਆ ਵੀ ਅਸੀਂ ਪੰਜਾਬ ਦੇ ਹਿੱਤ ਲਈ ਇਹ ਫੈਸਲਾ ਵਾਪਸ ਲਿਆ। ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜੇਕਰ ਪੰਜਾਬ ਦੇ ਹਿੱਤ ਲਈ ਉਹਨਾਂ ਨੇ ਫੈਸਲਾ ਲਿਆ, ਤਾਂ ਜਦੋਂ ਇਹ ਫੈਸਲਾ ਲਿਆ ਗਿਆ ਸੀ ਉਦੋਂ ਪੰਜਾਬ ਦੇ ਹਿੱਤ ਕਿੱਥੇ ਸੀ? ਇੱਕ ਮੁੱਖ ਮੰਤਰੀ ਵੱਲੋਂ ਡਿਪਟੀ ਡਾਇਰੈਕਟਰ ਨੂੰ, ਹੁਣ ਉਹ ਡਿਪਟੀ ਡਾਇਰੈਕਟਰ ਜਿਹੜਾ ਪਹਿਲਾਂ ਹੀ ਕਰਪਟ ਹੈ, ਜਿਹਦੇ ਉੱਤੇ ਵਿਜੀਲੈਂਸ ਇਨਕੁਆਇਰੀ ਚੱਲੀ ਜਾਂਦੀ ਹੈ, ਉਸਦੀ ਸੀਨੀਓਰਿਟੀ 37ਵੇਂ ਨੰਬਰ ਤੇ ਬਣਦੀ ਹੈ, ਲੇਕਿਨ ਸਰਕਾਰ ਨੇ ਉਸਨੂੰ 36 ਨੰਬਰ ਛੱਡ ਕੇ 37ਵਾਂ ਨੰਬਰ ਚੱਕ ਕੇ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈਗਾ। ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਇਹ ਖੁਦਮੁਖਤਿਆਰ ਅਫਸਰਾਂ ਨੂੰ ਕਰ ਰਹੀ ਹੈ ਵੀ ਸਰਕਾਰ ਦਾ ਇਸ ਮਾਮਲੇ 'ਤੇ ਕੋਈ ਧਿਆਨ ਨਹੀਂ, ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕੋਈ ਧਿਆਨ ਨਹੀਂ ਸੀ, ਮਾਨਯੋਗ ਸਿੱਖਿਆ ਮੰਤਰੀ ਦਾ ਇਸ 'ਤੇ ਕੋਈ ਧਿਆਨ ਨਹੀਂ ਸੀਗਾ। ਤਾਂ ਹੁਣ ਜਿਹੜੀ ਆ ਉਹਨਾਂ ਨੇ ਇੱਕ ਡਿਪਟੀ ਡਾਇਰੈਕਟਰ ਜੋ ਅਸ਼ਵਨੀ ਭੱਲਾ ਹੈ ਉਹਨੂੰ ਬਤੌਰ ਇਸ ਮਾਮਲੇ ਦੇ ਉੱਤੇ, ਸਾਡੇ ਵੱਲੋਂ ਜਦੋਂ ਮੁੱਦਾ ਚੱਕਿਆ ਗਿਆ ਇਸ ਮਾਮਲੇ ਦੇ ਉੱਤੇ, ਉਹਨਾਂ ਨੂੰ ਬਤੌਰ ਡਿਪਟੀ ਡਾਇਰੈਕਟਰ ਤੋਂ ਉਤਾਰ ਕੇ SCD ਕਾਲਜ ਲੁਧਿਆਣਾ ਵਿਖੇ ਪ੍ਰੋਫੈਸਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਤੇ ਉਹਦੇ ਉੱਤੇ ਜਿਹੜੀ ਹੈ ਵਿਜੀਲੈਂਸ ਇਨਕੁਆਇਰੀ ਚਲਾ ਦਿੱਤੀ ਗਈ ਹੈ। ਜਦੋਂ ਕਿਉਂ ਮੈਂ ਇਹ ਐਲਾਨ ਕੀਤਾ ਸੀਗਾ ਜਾਂ ਫੈਸਲਾ ਕੀਤਾ ਸੀਗਾ ਕਿ ਸਰਕਾਰ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਸੀਗਾ, ਵੀ ਅਫਸਰ ਜਾਰੀ ਕਰ ਰਹੀ ਹੈ ਕਿ ਸਰਕਾਰ ਦੀ ਕੋਈ ਇਹਦੇ ਨਹੀਂ ਕਮਾਂਡ ਹੋਈ। ਦੇਖੋ ਜੀ, ਇਹ ਜਿਹੜਾ ਲੈਟਰ ਹੈ 22 ਤਰੀਕ ਨੂੰ ਪਿਛਲੇ ਮਹੀਨੇ ਪਬਲਿਸ਼ ਹੋਇਆ ਸੀਗਾ, ਤਾਂ ਮੈਂ 4-5 ਦਿਨ ਪਹਿਲਾਂ ਮਾਲਵਿੰਦਰ ਕੰਗ ਦੀ ਇੰਟਰਵਿਊ, ਜੋ ਕਿ ਆਮ ਆਦਮੀ ਪਾਰਟੀ ਦੇ ਨਵੇਂ MP ਚੁਣੇ ਗਏ ਆ, ਉਸ ਵੱਲੋਂ ਇੱਕ ਪੱਤਰਕਾਰ ਨੂੰ ਉਹਨਾਂ ਇਸ ਮਸਲੇ ਤੇ ਜਦੋਂ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਵੀ ਇਹ ਮਸਲਾ ਮੇਰੇ ਕੱਲ੍ਹ ਹੀ ਧਿਆਨ 'ਚ ਆਇਆ, 1 ਮਹੀਨਾ ਪਹਿਲਾਂ ਦਾ ਜਿਹੜਾ ਲੈਟਰ ਜਾਰੀ ਹੋ ਗਿਆ ਉਹ 1 ਮਹੀਨੇ ਬਾਅਦ ਇੱਕ MP ਦੇ, ਮੌਜੂਦਾ ਸਰਕਾਰ ਦੇ MP ਦੇ ਧਿਆਨ 'ਚ ਆਉਂਦਾ। ਤਾਂ ਕਿੱਥੇ ਨਾ ਕਿੱਥੇ ਸਰਕਾਰ ਐਂ ਲੱਗਦਾ ਵੀ ਸਰਕਾਰ ਦਾ ਪੰਜਾਬ ਦੇ ਮਸਲਿਆਂ ਦੇ ਉੱਤੇ, ਪੰਜਾਬ ਦੀ ਸਿੱਖਿਆ ਦੇ ਉੱਤੇ, ਪੰਜਾਬ ਦੀ ਉਚੇਰੀ ਸਿੱਖਿਆ ਦੇ ਉੱਤੇ ਬਿਲਕੁਲ ਧਿਆਨ ਨਹੀਂ ਹੈਗਾ। ਤਾਂ ਹੁਣ ਵੀ ਜਿਹੜਾ ਇਹੀ ਹਵਾਲਾ ਦਿੱਤਾ ਗਿਆ ਹੈਗਾ ਵੀ ਅਸੀਂ ਲੋਕ ਪੱਖੀ ਲੋਕ ਹਿੱਤ ਨੂੰ, ਲੋਕ ਹਿੱਤ ਨੂੰ ਰੱਖਦੇ ਹੋਏ ਇਹ ਫੈਸਲਾ ਸੀ ਜਿਹੜਾ ਹੈਗਾ ਉਹ ਮੁਲਤਵੀ ਕੀਤਾ ਗਿਆ। ਫੈਸਲਾ ਆਇਆ ਸੀਗਾ ਉਸੇ ਦਿਨ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਕਾਲਜਾਂ 'ਚ, ਐਜੂਕੇਸ਼ਨਾਂ ਸ਼ੁਰੂ ਹੋ ਗਈਆਂ ਸੀ। ਸਰਕਾਰ ਨੂੰ ਸਭ ਪਤਾ, ਸਰਕਾਰ ਨੇ ਸਿਰਫ ਆਪਦੇ ਨਿੱਜੀ ਪ੍ਰਾਈਵੇਟ ਸੈਕਟਰ ਦੇ ਵਿੱਚ, ਪ੍ਰਾਈਵੇਟ ਸੈਕਟਰ ਦੇ ਜਿਹੜੇ ਲੋਕਾਂ ਨੂੰ ਆ, ਜਿਵੇਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਜੋ ਚਾਂਸਲਰ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਰਾਜਸਭਾ ਭੇਜਿਆ ਗਿਆ ਹੈਗਾ, ਚਾਹੇ ਉਹ CU ਦਾ ਲਾ ਲਈਏ ਉਹ ਭਾਜਪਾ ਵੱਲੋਂ ਰਾਜਸਭਾ ਭੇਜਿਆ ਗਿਆ। ਕਿਤੇ ਨਾ ਕਿਤੇ ਪ੍ਰਾਈਵੇਟ ਸੈਕਟਰਾਂ ਨੂੰ ਜਿਹੜਾ ਹੈਗਾ ਉਹਨੂੰ ਫਾਇਦਾ ਦਿਵਾਉਣ ਦੇ ਮਾਰੇ ਇਹ ਸਰਕਾਰੀ ਕਾਲਜਾਂ ਨੂੰ ਜਿਹੜਾ ਹੈਗਾ ਆਟੋਨੋਮਸ ਕਰ ਰਹੇ ਸੀ, ਕਿਉਂਕਿ ਆਟੋਨੋਮਸ ਇਨ ਦਾ ਸੈਂਸ ਸਵੈ ਨਿਰਭਰ ਵੀ ਉਹ ਬਿਲਡਿੰਗ ਸਰਕਾਰ ਦੀ ਹੋਊਗੀ,
ਉਹਨੂੰ ਚਲਾਊਗਾ, ਚਲਾਊਗੀ ਇੱਕ ਸੰਸਥਾ, ਚਲਾਓ ਬੱਚਿਆਂ ਵੱਲੋਂ ਫੀਸ ਕਲੈਕਟ ਕਰਕੇ ਤੁਸੀਂ ਟੀਚਰਾਂ ਨੂੰ ਤਨਖਾਹ ਦਿਓਗੇ। ਅੱਜ ਦੇ ਟਾਈਮ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਬੀ ਏ 4000 ਤੋਂ 4500 ਦੇ ਵਿੱਚ ਹੋ ਜਾਂਦੀ ਹੈ। ਜੇਕਰ ਇਹ ਆਟੋਨੋਮਸ ਹੋ ਜਾਂਦੇ ਤਾਂ ਤੁਸੀਂ ਐਂ ਲਾਓ ਵੀ ਇੱਥੇ ਬੀ ਏ ਦੀ ਫੀਸ ਇੱਕ ਸਮੈਸਟਰ ਦੀ 20,000 ਦੀ ਹੋ ਜਾਣੀ ਸੀ। ਜਿਵੇਂ ਕਿ ਆਮ ਆਦਮੀ ਪਾਰਟੀ, ਕਾਂਗਰਸ ਦੀ ਕਈ ਸਟੇਟ ਦੇ ਵਿੱਚ ਭਾਈਵਾਲ ਹੈ, ਉਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਉਹ ਸਟੇਟ ਦੇ ਤੋਂ ਵੱਖ ਹੋ ਕੇ ਕਿਵੇਂ ਜਾਊਗੀ? ਦੇਖੋ ਜੀ, ਆਮ ਆਦਮੀ ਪਾਰਟੀ ਬਾਕੀਆਂ ਸਟੇਟ ਦੀ ਮੈਂ ਗੱਲ ਨਹੀਂ ਕਰੂੰਗਾ, ਮੈਂ ਗੱਲ ਕਰੂੰਗਾ ਪੰਜਾਬ ਦੀ। ਇਹ ਜੇਕਰ ਤੁਸੀਂ ਪੰਜਾਬ ਦੇ ਵਿੱਚ, ਮੈਂ ਪੰਜਾਬ ਪੱਖੀ ਪਹਿਲਾਂ ਗੱਲ ਕਰੂੰਗਾ, ਪਹਿਲਾਂ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਤਾਂ ਪੰਜਾਬ ਦੇ ਜਿਹੜੇ ਫੈਸਲੇ, ਦੇਖੋ ਪੰਜਾਬ ਦੇ ਵਿੱਚ ਗੱਠਜੋੜ ਹੀ ਹੈ ਨੀ, ਤੁਸੀਂ ਲੋਕ ਸਭਾ ਵੇਲੇ ਕਿਹੜਾ ਗੱਠਜੋੜ ਸੀਗਾ? ਗੱਲ ਮੈਂ ਪੰਜਾਬ ਦੇਖੋ, ਇਹ ਫੈਸਲਾ ਹਾਈਕਮਾਨ ਦੇ ਉੱਤੇ ਹੁੰਦਾ, ਕਿਉਂਕਿ ਆਖਿਰ ਹਾਈਕਮਾਨ ਨੇ ਕਿਉਂ ਨੀ ਪੰਜਾਬ 'ਚ ਕੀਤਾ? ਪੰਜਾਬ ਦੇ ਵਿੱਚ ਮੁੱਖ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਆ, ਉਹ ਵਿਰੋਧੀ ਧਿਰ ਹੈ। ਤਾਂ ਇਸ ਕਰਕੇ ਮੈਂ ਪੰਜਾਬ ਦੀ ਹੀ ਗੱਲ ਕਰੂੰਗਾ ਵੀ ਪੰਜਾਬ ਦੇ ਵਿੱਚ ਜਿਹੜੀ ਵੀ ਲੋਕ ਪੱਖੀ ਫੈਸਲੇ, ਲੋਕ ਵਿਰੁੱਧ ਫੈਸਲੇ ਹੋਣਗੇ, ਉਹਦੀ ਅਸੀਂ ਆਵਾਜ਼ ਚੱਕਦੇ ਹਾਂ। ਬਿਲਕੁਲ, ਸਰਕਾਰ ਦੀ ਮਿਲੀ ਭੁਗਤ ਜੀ, ਪ੍ਰਾਈਵੇਟ ਆਪਦੇ ਪ੍ਰਾਈਵੇਟ ਪੋਲੀਟੀਸ਼ੀਅਨਾਂ ਨੂੰ ਜਿਹੜੇ ਐਜੂਕੇਸ਼ਨ ਸਕੈਮ ਚਲਾਉਂਦੇ ਆ, ਜਿਹੜੇ ਐਜੂਕੇਸ਼ਨ ਸੈਕਟਰ ਚਲਾਉਂਦੇ ਆ, ਉਹਨਾਂ ਨੂੰ ਫਾਇਦਾ ਦਿਵਾਉਣ ਦੇ ਵਾਸਤੇ ਜਿਹੜਾ ਆਪਦਾ ਮਨਪਸੰਦ ਅਫਸਰ ਹੈ, ਜਿਹੜਾ ਉਹਨਾਂ ਦੀ ਗੱਲ ਮੰਨਦਾ, ਉਹਨੂੰ ਇੱਕ ਡਿਪਟੀ ਡਾਇਰੈਕਟਰ ਲਾਇਆ ਗਿਆ। ਉਹਦੀ ਸੀਨੀਓਰਿਟੀ ਤੁਸੀਂ ਦੇਖੋ, 36 ਪ੍ਰਿੰਸੀਪਲ ਪਹਿਲਾਂ ਪਏ ਆ, ਉਹਨੂੰ 37ਵੇਂ ਨੰਬਰ ਤੋਂ ਚੱਕ ਕੇ ਤੁਸੀਂ ਡਿਪਟੀ ਡਾਇਰੈਕਟਰ ਬਣਾ ਰਹੇ। ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਕਾਲਜ ਲੜਕੀਆਂ ਦਾ ਅੰਮ੍ਰਿਤਸਰ, ਮਹਿੰਦਰਾ ਸਰਕਾਰੀ ਕਾਲਜ ਪਟਿਆਲਾ, ਸਰਕਾਰੀ ਕਾਲਜ ਲੜਕੀਆਂ ਦਾ ਪਟਿਆਲਾ, SCD ਕਾਲਜ ਸਰਕਾਰੀ ਲੜਕੀਆਂ ਦਾ ਲੁਧਿਆਣਾ, ਸਰਕਾਰੀ ਕਾਲਜ ਲੜਕੀਆਂ ਦਾ ਲੁਧਿਆਣਾ, ਲਾਸਟ ਦੇ ਵਿੱਚ ਸਰਕਾਰੀ ਕਾਲਜ ਲੜਕੀਆਂ ਦਾ ਮਲੇਰਕੋਟਲਾ। ਬਿਲਕੁਲ ਜੀ, ਅਸੀਂ ਤਾਂ ਇਹੋ ਜਿਹਾ ਸਾਡਾ ਲੈਵਲ ਹੈ, ਜਿਵੇਂ ਅਸੀਂ ਆਪਦੀ ਕਾਰਗੁਜ਼ਾਰੀ ਕਰ ਰਹੇ ਸੀ ਉਸ ਹਿਸਾਬ ਨਾਲ ਹੀ ਸਾਰਾ ਕੁਛ। ਜੇ ਅਸੀਂ ਵਿਰੋਧ ਕੀਤਾ ਫਿਰ ਵੀ ਤੁਹਾਡੇ ਕੋਲੇ ਸਾਹਮਣੇ ਬੈਠੇ ਹਾਂ ਜੀ। ਮੋਹਾਲੀ ਕਾਲਜ ਵਿੱਚ ਐਜੂਕੇਸ਼ਨ ਕੀਤਾ, ਜਿੱਥੇ DC ਤੇ ADC ਵੱਲੋਂ ਇਹ ਉਹਨਾਂ ਨੂੰ ਹੌਸਲਾ ਦਿੱਤਾ ਗਿਆ, ਮੈਮੋਰੈਂਡਮ ਦਿੱਤਾ ਗਿਆ ਵੀ ਅਸੀਂ ਇਸ ਮਾਮਲੇ ਤੇ ਵਿਚਾਰ ਕਰਾਂਗੇ। ਤੁਸੀਂ ਗੱਲ ਮਹੀਨੇ ਦੀ ਕੀਤੀ, ਇਹ ਅੱਜ ਇਸ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਮਕਸਦ ਇਹ ਸੀ ਵੀ ਅੱਜ ਜਿਹੜਾ ਸਰਕਾਰ ਨੇ ਉਹ ਫੈਸਲਾ ਮੁਲਤਵੀ ਕੀਤਾ, ਤਾਂ ਲੋਕਾਂ ਨੂੰ ਇਹ ਨਾ ਪਤਾ ਹੋਵੇ ਵੀ ਉਹ ਫੈਸਲਾ ਵਾਪਸ ਲਿਆ। ਮੁਲਤਵੀ ਤੇ ਵਾਪਸ ਦੇ ਵਿੱਚ ਲੋਟ ਆਫ ਦਾ ਡਿਫਰੈਂਸ ਹੈ। ਤਾਂ ਮੁਲਤਵੀ ਮਤਲਬ ਅਸੀਂ 50% ਲੜਾਈ ਹਜੇ ਜਿੱਤੇ ਹਾਂ। ਤਾਂ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਲੋਕਾਂ ਨੂੰ, ਸਟੂਡੈਂਟ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਇਹ ਕਿਉਂਕਿ ਪੰਜਾਬ ਪੱਖੀ ਮੁੱਦਾ ਹੈ, ਪੰਜਾਬ ਦੇ ਗਰੀਬ ਬੱਚਿਆਂ ਦੀ ਆਵਾਜ਼ ਹੈ। ਦੇਖੋ ਜੀ, ਜਿਹੜਾ ਇਹ ਮੁੱਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਹੀ ਚੱਕਿਆ ਗਿਆ, ਜਿੱਥੇ ਕਿ ਰਾਜਾ ਜੀ ਨੇ ਵੀ ਇਹ ਟਵੀਟ ਕੀਤਾ, ਠੀਕ ਹੈ, ਹੋਰ ਸਾਰੇ ਸਾਡੇ NSU ਦੇ ਪ੍ਰਧਾਨ, ਮੇਨ ਸਟੂਡੈਂਟ ਜਥੇਬੰਦੀ ਇਕਾਈ ਦੇ ਪ੍ਰਧਾਨ ਈਸ਼ਵਰਪ੍ਰੀਤ ਸਿੱਧੂ ਨੇ ਪਟਿਆਲੇ ਵੀ ਐਜੂਕੇਸ਼ਨ ਕੀਤਾ ਤੇ ਮੋਹਾਲੀ ਕਾਲਜ ਵੀ ਕੀਤਾ, ਮਲੇਰਕੋਟਲੇ ਵੀ ਕੀਤਾ, ਜਿੱਥੋਂ ਜਿੱਥੋਂ ਤੱਕ ਸਾਡੇ ਪ੍ਰਧਾਨ ਨੇ ਐਜੂਕੇਸ਼ਨ ਕੀਤਾ ਉੱਥੇ ਉੱਥੇ ਸਾਰੇ ਮੀਡੀਆ 'ਚ ਵੀ ਖਬਰਾਂ ਆਈਆਂ। ਤਾਂ ਸਾਡਾ ਮਤਲਬ ਕੁੱਲ ਮਿਲਾ ਕੇ ਮੇਰੇ ਵੱਲੋਂ ਚੱਕਿਆ ਗਿਆ ਮੁੱਦਾ, ਅੱਜ ਪੰਜਾਬ ਸਰਕਾਰ ਨੇ ਯੂ-ਟਰਨ ਮਾਰ ਲਿਆ, ਕਿਤੇ ਨਾ ਕਿਤੇ ਪਿਛਲੇ ਮਸਲਿਆਂ ਤੇ ਵੀ ਸਰਕਾਰ ਯੂ-ਟਰਨ ਮਾਰਦੀ ਰਹੀ ਹੈ ਤੇ ਹੁਣ ਵੀ ਸਰਕਾਰ ਨੇ ਯੂ-ਟਰਨ ਮਾਰਿਆ। ਦੇਖੋ, ਜਿੰਨਾ ਚਿਰ ਫੈਸਲਾ ਵਾਪਸ ਨਹੀਂ ਆਉਂਦਾ ਮੈਂ ਉਨਾ ਚਿਰ ਇਹ ਮੁੱਦਾ ਚੱਕਦਾ ਰਹੂੰਗਾ, ਆਪਦੀ ਲੜਾਈ ਲੜਦੇ ਰਹਾਂਗੇ।